ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਅੱਜ ਦੀ ਗਜ਼ਲ ਇਸ਼ਕ ਦੇ ਉਸ ਉਰੂਜ ਦੀ ਗੱਲ ਕਰਦੀ ਹੈ, ਪ੍ਰੇਮ ਦੇ ਉਸ ਸ਼ਿਖਰ ਦੀ ਗੱਲ ਕਰਦੀ ਹੈ ਜਿੱਥੇ ਪਹੁੰਚ ਕੇ ਹਰ ਇੱਕ ਦੇ ਅੰਦਰ ਇਨਸਾਨ ਨੂੰ ਰੱਬ ਦਾ ਨੂਰ ਨਜ਼ਰ ਆਉਂਦਾ ਹੈ। ਭਾਈ ਸਾਹਿਬ ਕਹਿੰਦੇ, ਮੈਂ ਤੇ ਹਰ ਇੱਕ ਦੇ ਅੰਦਰ ਰੱਬ ਨੂੰ ਦੇਖਦਾ ਤੇ ਆਪ ਨੂੰ ਖੁਦ ਨੂੰ ਮੈਂ ਉਸ ਬੰਦੇ ਦਾ ਵੀ ਜਿਹੜਾ ਬੰਦਾ ਮਹਿਸੂਸ ਕਰਦਾ। ਕਹਿੰਦੇ, ਮੇਰੀਆਂ ਅੱਖਾਂ ਨੂੰ ਲੋੜ ਨਹੀਂ ਕਿਸੇ ਸੁਰਮੇ ਦੀ, ਕਿਉਂ? ਕਹਿੰਦੇ, ਅਸਾਂ ਤੇ ਉਸ ਰੱਬ ਦੇ ਰਾਹ 'ਤੇ ਤੁਰਨ ਵਾਲਿਆਂ ਦੇ ਚਰਨ ਦੀ ਧੂੜ ਨੂੰ ਹੀ ਸੀ ਆਪਣਾ, ਉਹਦੇ ਕਦਮਾਂ ਦੀ ਖਾਕ ਨੂੰ ਸੀ ਆਪਣਾ ਜਿਹੜਾ ਸੁਰਮਾ ਬਣਾ ਲਿਆ ਹੈ। ਅਸੀਂ ਆਪਣੇ ਅੱਖਾਂ ਦੇ ਨਾਲ, ਅਸੀਂ ਆਪਣੀ ਦੀਦ ਦੇ ਨਾਲ ਉਹਦੇ ਜਿਹੜੇ ਕਦਮ ਬੋਸੀ ਕਰ ਲੈਂਦੇ ਹਾਂ, ਉਹਦੇ ਪੈਰਾਂ ਨੂੰ ਚੁੰਮ ਲੈਂਦੇ ਹਾਂ ਹਰ ਘੜੀ। ਕਹਿੰਦੇ, ਅਸਾਂ ਆਪਣਾ ਜਿਹੜਾ ਸਿਰ ਸਿਜਦੇ ਵਾਸਤੇ ਉਸ ਧਰਤੀ 'ਤੇ ਰੱਖਿਆ ਜਿੱਥੇ ਮੇਰਾ ਪਿਆਰਾ ਰਹਿੰਦਾ, ਅਤੇ ਅਸੀਂ ਉਹਦੇ ਪਿਆਰੇ ਦੇ ਮਹਿਬੂਬ ਦੇ ਮੁਖੜੇ ਨੂੰ ਹੀ ਅਸੀਂ ਆਪਣਾ ਜਿਹੜਾ ਖੁਦਾ ਸਮਝ ਕੇ ਉਹਦੀ ਇਬਾਦਤ ਕਰ ਲੈਂਦੇ ਹਾਂ। ਭਾਈ ਸਾਹਿਬ ਕਹਿੰਦੇ, ਫਕੀਰਾਂ ਨੇ ਬਾਦਸ਼ਾਹ ਨੂੰ ਬਾਦਸ਼ਾਹਤ ਬਖਸ਼ੀ ਹੈ ਅਤੇ ਮੈਂ ਉਹਨਾਂ ਫਕੀਰਾਂ ਨੂੰ ਹੀ ਬਾਦਸ਼ਾਹ ਸਮਝ ਲਿਆ ਜਿਹਨੇ ਬਾਦਸ਼ਾਹ ਨੂੰ ਬਾਦਸ਼ਾਹਤ ਬਖਸ਼ੀ ਹੈ। ਕਹਿੰਦੇ, ਲੋੜ ਨਹੀਂ ਹੈ ਸਾਨੂੰ ਕਿਸੇ ਮਾਲ ਦੀ, ਕਿਸੇ ਮੁਲਕ ਦੀ। ਅਸੀਂ ਤਾਂ ਆਪਣੇ ਮਹਿਬੂਬ, ਅਸੀਂ ਆਪਣੇ ਮੁਰਸ਼ਦ ਦੇ ਇੱਕ ਵਾਲ ਨੂੰ ਹੀ ਅਸੀਂ ਹੁਮਾ ਪੰਛੀ ਦਾ ਜਿਹੜਾ ਪਰ ਸਮਝ ਲਿਆ। ਹੁਮਾ ਪੰਛੀ ਦਾ ਇਸਲਾਮ 'ਚ ਮੰਨਤ ਹੈ ਕਿ ਹੁਮਾ ਪੰਛੀ ਦਾ ਸਾਇਆ ਜਿਹਦੇ ਉੱਪਰ ਹੋ ਜਾਂਦਾ ਅਤੇ ਉਹ ਫਿਰ ਉਹਦਾ ਕੋਈ ਕੁਛ ਵਿਗਾੜ ਨਹੀਂ ਸਕਦਾ। ਕਹਿੰਦੇ, ਅਸੀਂ ਤੇਰੇ ਜ਼ੁਲਫ ਨੂੰ, ਤੇਰੇ ਇੱਕ ਵਾਲ ਨੂੰ, ਕਹਿੰਦੇ ਅਸੀਂ ਜਿਹੜਾ ਯਕਤਾਰ ਜਿਹੜਾ ਉਹਨੂੰ, ਕਹਿੰਦੇ ਅਸੀਂ ਆਪਣੇ ਹੁਮਾ ਪੰਛੀ ਦਾ ਸਾਇਆ ਸਮਝ ਕੇ ਰੱਖਿਆ ਹੋਇਆ ਹੈ। ਇਹ ਸ਼ਿਖਰਤਾ ਹੈ ਪ੍ਰੇਮਾ ਭਗਤੀ ਦੀ, ਇਹ ਅਰੂਜ ਹੈ ਪ੍ਰੇਮ ਦਾ, ਇਸ਼ਕ ਦਾ। ਭਾਈ ਸਾਹਿਬ ਲਿਖਦੇ ਨੇ, ਮਾਂ ਕੇ ਖੁਦ ਹਰ ਬੰਦਾ ਏ ਹੱਕ ਰਾ ਖੁਦਾ ਫਹਿਮੀ ਦਾ ਏਮ। ਮਾਂ ਕੇ ਖੁਦ ਹਰ ਬੰਦਾ ਏ ਹੱਕ ਰਾ ਖੁਦਾ ਫਹਿਮੀ ਦਾ ਏਮ, ਖੇਸ਼ ਤਨ ਰਾ ਬੰਦਾ ਏ ਈ ਬੰਦਾ ਹਾ ਫਹਿਮੀ ਦਾ ਏਮ। ਮਰਦ ਮਾਂ ਨੇ ਚਸ਼ਮੇ ਮਾਰਾ ਐਹਤੇ ਆਜ ਸੁਰਮਾ ਨੇਸਤ, ਬਸ ਇੱਕ ਖਾਕ ਕੇ ਰਹੇ ਮਰਦੁਮ ਤੂਤੀਆ ਫਹਿਮੀ ਦਾ ਏਮ। ਬਸ ਇੱਕ ਖਾ ਕੇ ਰਹੇ ਮਰਦੁਮ ਤੂਤੀਆ ਫਹਿਮੀ ਦਾ ਏਮ, ਹਰ ਨਫਸ ਸ਼ਰ ਬਰ ਜ਼ਮੀ, ਹਰ ਨਫਸ ਸ਼ਰ ਬਰ ਜ਼ਮੀ ਦਾ ਰੇਮ, ਅਜ਼ ਬਹਿਰੇ ਸਜੂਦ ਜਾਂ ਕੇ ਰੂਵੇ ਯਾਰ ਖੁਦ ਨੂਰੇ ਖੁਦਾ ਫਹਿਮੀ ਦਾ ਏਮ। ਬਾਦਸ਼ਾਹਾਂ ਰਾ ਫਕੀਰਾਂ ਬਾਦਸ਼ਾਹੀ ਦਾਦਾ ਅੰਨ, ਜੰਗਦਾ ਏ ਕੂਏ ਊਰਾ ਬਾਦਸ਼ਾਹ ਫਹਿਮੀ ਦਾ ਏਨ। ਮਾਨਮੀ ਖਾ ਹੇਮ ਮੁਲਕੋ ਮਾਲ ਰਾ ਗੋਇਆ ਅਜ਼ਾਂ, ਸਾਇਆ ਏ ਜ਼ੁਲਫੇ ਤੁਰਾ ਬਾਲੇ ਹੁਮਾ ਫਹਿਮੀ ਦਾ ਏਨ। ਮਾਨਮੀ ਖਾ ਹੇਮ ਮੁਲਕੋ ਮਾਲ ਰਾ ਗੋਇਆ ਅਜ਼ਾਂ, ਸਾਇਆ ਏ ਜ਼ੁਲਫੇ ਤੁਰਾ ਬਾਲੇ ਹੁਮਾ ਫਹਿਮੀ ਦਾ ਏਨ। ਮਾਂ ਕੇ ਖੁਦ ਹਰ ਬੰਦਾ ਏ ਹੱਕ ਰਾ ਖੁਦਾ ਫਹਿਮੀ ਦਾ ਏਮ, ਖੇਸ਼ ਤਨ ਰਾ ਬੰਦਾ ਏ ਈ ਬੰਦਾ ਹਾ ਫਹਿਮੀ ਦਾ ਏਮ।